ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਕੀਰਤ ਕੌਰ ਸਿਬੀਆ ਚੈਸਟ ਸਪੈਸ਼ਲਿਸਟ ਐਸ ਪੀ ਐਸ ਹੋਸਪਿਟਲਸ ਤੋਂ ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਟੌਪ ਕੁਐਸਚਨਸ ਜੋ ਕਿ ਪੇਸ਼ੈਂਟ ਪੁੱਛਦੇ ਨੇ ਅੱਜ ਦਾ ਟੌਪ ਕੁਐਸਚਨ ਹੈ ਕਿ ਖਾਂਸੀ ਰਹਿਣਾ ਸਵੇਰੇ ਉੱਠ ਕੇ ਖਾਂਸੀ ਹੋਣਾ ਥੋੜ੍ਹੀ ਥੋੜ੍ਹੀ ਖਾਂਸੀ ਰਹਿਣਾ ਨੋਰਮਲ ਹੈ ਤਾਂ ਇਸਦਾ ਜਵਾਬ ਹੈ ਕਿ ਖਾਂਸੀ ਰਹਿਣਾ ਨੋਰਮਲ ਨਹੀਂ ਹੈ ਖਾਂਸੀ ਰਹਿਣਾ ਇੱਕ ਸੰਕੇਤ ਹੈ ਕਿ ਕੁਛ ਦਿੱਕਤ ਹੈ ਜਿਸ ਦਾ ਪਤਾ ਲਗਾਉਣਾ ਅਨਿਵਾਰਿਆ ਹੈ ਮਤਲਬ ਅਗਰ ਤੁਹਾਨੂੰ ਸਵੇਰੇ ਉੱਠ ਕੇ ਖਾਂਸੀ ਹੋ ਰਹੀ ਹੈ ਤਾਂ ਸ਼ਾਇਦ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਹੀ ਪੁੱਛੂੰਗੀ ਕਿ ਤੁਸੀਂ ਸਮੋਕ ਕਰਦੇ ਹੋ ਜਾਂ ਕੀ ਤੁਹਾਡੇ ਆਸ ਪਾਸ ਬਹੁਤ ਸਾਰੇ ਖੇਤ ਨੇ ਜਾਂ ਤੁਹਾਡੇ ਘਰ ਕੋਈ ਸਮੋਕ ਤਾਂ ਨਹੀਂ ਕਰਦਾ ਜਾਂ ਤੁਹਾਨੂੰ ਰਾਤ ਨੂੰ ਸੌਂਦੇ ਹੋਏ ਦਿੱਕਤ ਤਾਂ ਨਹੀਂ ਹੁੰਦੀ ਖਾਂਸੀ ਤਾਂ ਨਹੀਂ ਹੁੰਦੀ ਤਾਂ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਖਾਂਸੀ ਦਾ ਕਾਰਨ ਕੀ ਹੈ ਔਰ ਕਾਰਨ ਦਾ ਟ੍ਰੀਟਮੈਂਟ ਕੀਤਾ ਰਹੇ ਨਾ ਕਿ ਖਾਂਸੀ ਦਬਾਉਣ ਵਾਲੇ ਸਿਰਪਸ ਜਾਂ ਟੋਨਿਕਸ ਲੈ ਕੇ ਉਸਨੂੰ ਦਬਾਇਆ ਜਾਏ ਖਾਂਸੀ ਹੋਣਾ ਇੱਕ ਸਿਮਟਮ ਹੈ ਇੱਕ ਲੱਛਣ ਹੈ ਉਸਦਾ ਕਾਰਨ ਲੱਭਣਾ ਇਹ ਸਾਡਾ ਟਾਸਕ ਹੈ।